ਦੇ ਵਿੱਚ ਜੋ ਕਿ ਫਿਲਮ ਲਾਂਚ ਹੋਈ ਵੀ ਆ ਆਰਟੀਕਲ 15 ਉਸਨੂੰ ਦੇਖਣ ਲਈ ਪਹੁੰਚੇ ਜੋ ਦਰਸ਼ਕ ਉਹਨਾਂ ਨੂੰ ਆਪਾਂ ਜਾਣਨਾ ਚਾਹੁੰਦੇ ਹਾਂ ਕਿ ਆਰਟੀਕਲ 15 ਦੇ ਵਿੱਚ ਉਹਨਾਂ ਨੂੰ ਕੀ ਲੱਗਿਆ ਔਰ ਕੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ। ਆਰਟੀਕਲ 15 ਮੂਵੀ ਤੁਸੀਂ ਦੇਖੀ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ? ਬਹੁਤ ਵਧੀਆ ਮੂਵੀ ਸੀ। ਇਹਦੇ ਵਿੱਚ ਜਿਹੜਾ ਆਰਟੀਕਲ 15 ਦੇ ਵਿੱਚ ਇਹਨਾਂ ਨੇ ਦਿਖਾਇਆ ਵੀ ਐਸ ਸੀ ਕਾਸਟ ਦੇ ਵਿੱਚ ਜਿਵੇਂ ਦਲਿਤਾਂ ਨਾਲ ਵੀ ਉਹਨਾਂ ਨਾਲ ਵਿਰੋਧ ਕੀਤਾ ਜਾਂਦਾ, ਉਹਨਾਂ ਨਾਲ ਉਹਨਾਂ ਨੂੰ ਸਮਾਜ ਦੇ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ, ਉਹਦੇ ਬੇਸ 'ਤੇ ਫਿਲਮ ਬਣਾਈ ਗਈ ਹੈ ਇਹਨਾਂ ਨੇ। ਆਯੁਸ਼ਮਾਨ ਖੁਰਾਨਾ ਨੂੰ ਇਹ 'ਚ ਅਫਸਰ ਹੁੰਦੇ ਆ, ਉਹ ਲੜਕੀ ਦੇ ਲੜਕੀਆਂ ਦਾ ਰੇਪ ਹੋ ਜਾਂਦਾ, ਉਹਦੇ ਵਿੱਚ ਉਹਨਾਂ ਨੂੰ ਇਨਵੈਸਟੀਗੇਸ਼ਨ ਅਫਸਰ ਹੁੰਦੇ ਆ, ਉੱਥੇ ਦੋ ਲੜਕੀਆਂ ਦੇ ਕਤਲ ਹੋ ਜਾਂਦੇ, ਇੱਕ ਕੁੜੀ ਹਜੇ ਫਰਾਰ ਹੁੰਦੀ ਹੈਗੀ। ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਅਸੀਂ ਲੋਕਾਂ ਨੂੰ ਵੀ ਤੁਸੀਂ ਰਲ ਮਿਲ ਕੇ ਰਹਿਣਾ ਚਾਹੀਦਾ, ਕੋਈ ਐਸ ਸੀ ਨਹੀਂ, ਜਨਰਲ ਕਾਸਟ ਨਹੀਂ। ਆਰਟੀਕਲ 15 ਦੇ ਵਿੱਚ ਇਹਨਾਂ ਨੇ ਇਹੀ ਦਿਖਾਇਆ ਵੀ ਸਾਨੂੰ ਸਾਰਿਆਂ ਨੂੰ ਐਸ ਸੀ ਐਸ ਟੀ ਕੋਈ ਵੀ ਮਤਭੇਦ ਨਹੀਂ ਕਰ ਸਕਦਾ, ਜੇ ਕੋਈ ਮਤਭੇਦ ਕਰਦਾ ਤਾਂ ਉਹ ਗੈਰ ਕਾਨੂੰਨੀ ਹੈ, ਸਾਰਿਆਂ ਨੂੰ ਰਲ ਮਿਲ ਕੇ। ਬਾਈ ਜੀ, ਆਰਟੀਕਲ 15 ਪਿਕਚਰ ਦੇਖੀ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ? ਕਿ ਬਹੁਤ ਵਧੀਆ ਮੂਵੀ ਹੈ, ਇਹਨੂੰ ਮੈਂ 100 ਦੇ ਵਿੱਚੋਂ ਪਹਿਲਾਂ ਦਾ 90% ਨੰਬਰ ਦੇਣਾ ਚਾਹੁੰਦਾ। ਬਹੁਤ ਸੋਹਣੀ ਅੱਛੀ ਮੂਵੀ ਹੈ। ਸਭ ਤੋਂ ਵਧੀਆ ਤਾਂ ਇਹ 'ਚ ਅੰਸ਼ੁਮਨ ਖੁਰਾਨਾ ਦਾ ਜੋ ਰੋਲ ਹੈ ਬਹੁਤ ਵਧੀਆ ਹੈ, ਔਰ ਇਹ ਹੈ ਕਿ ਇਹਦੇ ਵਿੱਚ ਜੋ ਕਾਸਟ ਹੈ, ਨੀਵੀਂ ਜਾਤੀ ਦੇ ਜਾਂ ਉੱਚੀ ਜਾਤੀ ਦੇ ਲੋਕ ਹੈ, ਉਹ ਸਭ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਇਹਦੇ ਵਿੱਚ ਜਿਵੇਂ ਦਿਖਾਇਆ ਗਿਆ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਮੂਵੀ ਦੇ ਵਿੱਚ ਦੇਖਣ ਨੂੰ ਮਿਲਿਆ ਜੋ ਰੋਲ ਅੰਸ਼ੁਮਨ ਖੁਰਾਨਾ ਦਾ, ਪਹਿਲਾਂ ਉਹਨਾਂ ਨੂੰ ਕੀ ਕਹਿੰਦੇ ਆ ਦਬਾਅ ਉਹਨਾਂ 'ਤੇ ਪਾਇਆ ਜਾਂਦਾ ਮੂਵੀ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਦਬਾਅ ਕਹਿਣ ਦਾ ਭਾਵ, ਜਿਵੇਂ 3 ਲੜਕੀਆਂ ਹੁੰਦੀਆਂ ਇਹ ਮੂਵੀ ਦੇ ਵਿੱਚ, ਉਹਨਾਂ ਨਾਲ ਬਲਾਤਕਾਰ ਕੀਤਾ ਜਾਂਦਾ ਹੈਗਾ, ਔਰ ਦੋਵਾਂ ਦਾ ਤਾਂ ਕਤਲ ਕਰ ਦਿੱਤਾ ਜਾਂਦਾ, ਔਰ ਇੱਕ ਲੜਕੀ ਜਿਹੜੀ ਬਚ ਜਾਂਦੀ ਹੈ ਉਹ ਤੋਂ ਪਤਾ ਲੱਗਦਾ ਹੈ ਕਿ ਵਾਕਈ ਇਹਨਾਂ ਦਾ ਬਲਾਤਕਾਰ ਦੋਵਾਂ ਦਾ 3 ਦਾ ਹੋਇਆ ਸੀ ਜਿਹੜੇ, ਔਰ ਉਸ ਤੋਂ ਬਾਅਦ ਅਗਰ ਜੋ 3 ਦਾ ਹੁੰਦਾ ਉਹ 2 ਮਰ ਜਾਂਦੀ ਹੈ, ਔਰ ਇੱਕ ਜੋ ਲਾਸਟ 'ਤੇ ਰਹਿੰਦੀ ਹੈ ਉਹ ਆਪਣਾ ਬਿਆਨ ਦਿੰਦੀ ਹੈ, ਉਹ ਬਿਆਨ ਦੇ ਥਰੂ 'ਤੇ 2 ਤਾਂ ਮਰ ਜਾਂਦੇ ਆ ਇਹਦੇ ਵਿੱਚ ਜਿਹੜੇ ਹੁੰਦੇ ਜਿਨ੍ਹਾਂ ਨੇ ਕੀਤਾ, ਔਰ ਇੱਕ ਨੂੰ ਸਜ਼ਾ ਵੀ ਹੋ ਜਾਂਦੀ ਹੈ। ਬਸ ਇਹੀ ਕਹਿਣਾ ਚਾਹੁੰਦਾ ਕਿ ਮੂਵੀ ਬਹੁਤ ਹੀ ਅੱਛੀ ਹੈ ਔਰ ਸਭ ਨੂੰ ਇਹ ਦੇਖਣੀ ਚਾਹੀਦੀ ਹੈ। ਅਤੇ ਜਿਸ ਤਰ੍ਹਾਂ ਪਿੱਛੇ ਜੇ ਮੂਵੀ 'ਤੇ ਕਹਿੰਦੇ ਬੈਨ ਲੱਗਦਾ ਸੀਗਾ, ਕੀ ਇਸ ਮੂਵੀ 'ਤੇ ਬੈਨ ਲੱਗਣਾ ਚਾਹੀਦਾ? ਕੀ ਨਹੀਂ ਲੱਗਣਾ ਚਾਹੀਦਾ, ਕੋਈ ਇਸ ਤਰ੍ਹਾਂ ਦਾ ਚਾਹੀ ਨਹੀਂ, ਔਰ ਸੱਚ ਦਿਖਾਇਆ, ਕੋਈ ਝੂਠ ਨਹੀਂ ਦਿਖਾਇਆ, ਕਿਉਂਕਿ ਹਾਲਾਤ ਦੇਖ ਰਹੇ ਹਾਂ ਆਪਾਂ ਇਸ ਤਰ੍ਹਾਂ ਇੰਡੀਆ ਦੇ ਵਿੱਚ ਹੋ ਰਿਹਾ, ਪਰ ਹੋ ਵੀ ਕਿਉਂ ਰਿਹਾ ਕਿਉਂਕਿ ਜੀ ਦੇਖੋ ਸਰਕਾਰ ਅਗਰ ਚਾਹੇ ਤਾਂ ਇਸ ਠੱਲ ਪਾਇਆ ਜਾ ਸਕਦੀ ਹੈ। ਇਹੀ ਕੁਛ ਕਹਿਣਾ ਚਾਹੀਦਾ।